ਸਬਸਕ੍ਰਾਈਬ ਕਰੋ ਖਦਰਾ ਐਲ ਐਸ ਆਈ ਦੇ YouTube ਚੈਨਲ ਨੂੰ ਤੇ ਬੈਲ ਦਾ ਆਈਕਨ ਜਰੂਰ ਦਬੋ ਹਾਂਜੀ ਤਾਂ ਪੰਜਾਬ ਸਰਕਾਰ ਨੇ ਕਾਂਗਰਸ ਸਰਕਾਰਾ ਜੋ ਪੰਜਾਬ ਦੀ ਉਹਨੇ ਪਿੰਡਾਂ ਦੇ ਵਿਕਾਸ ਲਈ 385 ਕਰੋੜ ਰੁਪਏ ਦੀ ਮਨਜ਼ੂਰੀ ਦਿੱਤੀ ਹੈ ਤਾਂ ਕਿ 스마트 ਵਿਲੇਜ ਮਹਿੰਮ ਇਹਦਾ ਨਾਮ ਦਿੱਤਾ ਗਿਆ ਹੈ 스마트 ਵਿਲੇਜ ਮਹਿੰਮ ਕਿ 스마트 ਪਿੰਡ ਬਣਾਉਣ ਲਈ 385 ਕਰੋੜ ਰੁਪਏ ਦੀ ਜਿਹੜੀ ਸਾਰੇ ਪੰਜਾਬ ਲਈ ਉਹ ਮਨਜ਼ੂਰ ਕੀਤੀ ਹੈ ਤਾਂ ਕਿ ਪਿੰਡਾਂ ਦੇ ਵਿੱਚ ਜੋ ਵਿਕਾਸ ਕਾਰਜ ਚੱਲ ਰਹੇ ਨੇ ਜਾਂ ਜਿੱਥੇ ਉਹ ਪੈਸੇ ਦੀ ਜ਼ਰੂਰਤ ਹੈ ਜਿਵੇਂ ਕਿ ਟੋਬੇ ਹੋਵੇ ਗਲੀਆਂ ਨਾਲੀਆਂ ਜਾਂ ਫੀਵਰੇਜ ਕੋਈ ਸਟੇਡੀਅਮ ਸਕੂਲ ਜਿੱਥੇ ਵੀ ਉਹ ਪੈਸੇ ਦੀ ਲੋੜ ਹੈ ਉੱਥੇ ਉਹ ਪੈਸਾ ਲਾਇਆ ਜਾਵੇ 385 ਕਰੋੜ ਸਾਰੇ ਪੰਜਾਬ ਦੇ ਪਿੰਡਾਂ ਲਈ ਹੈ ਇਹ ਇਹ ਵੱਡੇ ਪਿੰਡਾਂ 'ਚ ਵੱਧ ਛੋਟਿਆਂ 'ਚ ਅਲੱਗ-ਅਲੱਗ ਉਸ ਤਰ੍ਹਾਂ ਇਹ ਗ੍ਰਾਂਟ ਮਿਲੂਗੀ ਸਾਰੇ ਪਿੰਡਾਂ ਨੂੰ ਬਾਕੀ ਹੋ ਸਕਦਾ ਜਿੱਥੇ ਕਾਂਗਰਸ ਦੇ ਐਮਐਲਏ ਜਾਂ ਐਮਪੀਸ ਨਹੀਂ ਉੱਥੇ ਜ਼ਿਆਦਾ ਮਿਲੇ ਕਿਉਂਕਿ ਆਪਾਂ ਨੂੰ ਪਤਾ ਹੀ ਬੈਨੀਫਿਟ ਦਿੱਤਾ ਜਾਂਦਾ ਹੈਗਾ ਜਿੱਥੇ ਉਥੋਂ ਦਾ ਵਿਧਾਇਕ ਹੁੰਦਾ ਹੈਗਾ ਉਸੇ ਸੇਮ ਸਰਕਾਰ ਦਾ ਤੇ ਜਾਂ ਹੋ ਸਕਦਾ ਇਹ ਜਿਵੇਂ ਅੱਗੇ ਫਰ ਮਾਰਚ ਦੇ ਵਿੱਚ ਚੋਣਾ ਗੈ ਰਹੇ ਨੇ ਉਹਦੇ ਕਾਰਨ ਵੀ ਹੋ ਸਕਦਾ ਸੈਂਟਰ ਸਰਕਾਰ ਦੀਆਂ ਚੋਣਾਂ ਹੋਣਗੀਆਂ ਤਾਂ ਉਹਦੇ ਲਈ ਵੀ ਹੋ ਸਕਦਾ ਬੈਨੀਫਿਟ ਦਿੱਤਾ ਗਿਆ ਹੋਵੇ ਤੇ 385 ਕਰੋੜ ਰੁਪਇਆ ਮਨਜ਼ੂਰ ਕੀਤਾ ਗਿਆ ਉਹ ਸਾਰੇ ਪਿੰਡਾਂ 'ਚ ਛੇਤੀ ਆ ਜਾਊਗਾ ਬਾਕੀ ਲੱਗੇਦਾ ਕਿ ਕਿਹੜੇ ਪਿੰਡ 'ਚ ਕਿੱਥੋਂ ਦਾ ਸਰਪੰਚ ਕਿੰਨੀ ਪਹਿਲਕਾ ਆਦਮੀ ਨਾਲੋਂ ਪੈਸੇ ਲਾਉਂਦਾ ਹੈਗਾ ਤੇ ਜੇਕਰ ਪੈਸਿਆਂ ਦਾ 70-80% ਵੀ ਸਹੀ ਤਰੀਕੇ ਨਾਲ ਲੱਗ ਜੇ ਤਾਂ ਪਿੰਡ ਦੀ ਨਿਹਾਰ ਬਦਲੀ ਜਾ ਸਕਦੀ ਹੈ ਬਹੁਤ ਸਾਰੇ ਪਿੰਡ ਨੇ ਪੰਜਾਬ 'ਚ ਜਿਹੜੇ ਉਦਾਹਰਨ ਬਣੇ ਹੋਏ ਨੇ ਪਰ ਸਾਰੇ ਪਿੰਡਾਂ 'ਚ ਅਜਿਹਾ ਨਹੀਂ ਹੈ ਤਾਂ ਦੇਖਦੇ ਹਾਂ ਜੀ ਇਹਦੇ ਨਾਲ ਪਿੰਡਾਂ 'ਚ ਨਿਹਾਰ ਦਾ ਫਰਕ ਪੈਂਦਾ ਜਾਂ ਨਹੀਂ 385 ਕਰੋੜ ਰੁਪਇਆ ਪੰਜਾਬ ਸਰਕਾਰ ਨੇ ਹਰ ਇੱਕ ਸਾਰੇ ਪੰਜਾਬ ਦੇ ਪਿੰਡਾਂ ਲਈ ਇੱਕ ਗਰੰਟ ਦਿੱਤੀ ਗਈ ਹੈ ਵੀਡੀਓ ਲਾਈਕ ਕਰ ਦਿਓ ਜੰਗੀ ਲੱਗੀ ਤਾਂ ਜੀ ਧੰਨਵਾਦ ਜੀ ਵੀਡੀਓ ਦੇਖਣ ਲਈ ਬਹੁਤ ਬਹੁਤ